ਕੀ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ। ਦੋਸਤੋ ਸ਼ੁਰੂਆਤ ਕਰਦੇ ਆਂ ਪਰਾਲੀ ਸਾੜਨ ਦੇ 3696 ਮਾਮਲੇ ਆਏ ਸਾਹਮਣੇ ਪੰਜਾਬ ਦੇ 3 ਜ਼ਿਲ੍ਹੇ ਬਣੇ ਹੌਟਸਪੌਟ। ਪੰਜਾਬ ਦੇ ਵਿੱਚ 15 ਸਤੰਬਰ ਤੋਂ 22 ਅਕਤੂਬਰ ਦੇ ਵਿੱਚਕਾਰ 3700 ਪਰਾਲੀ ਸਾੜਨ ਦੀਆਂ ਘਟਨਾਵਾਂ ਦਰਦਕੀਤੀਆਂ ਨੇ 60 ਫੀਸਦੀ ਮਾਝਾ ਖੇਤਰ ਦੇ ਤਿੰਨ ਜ਼ਿਲ੍ਹੇ ਤਰਨਤਾਰਨ, ਸ੍ਰੀ ਅਮਰਤਸਰ ਸਾਹਿਬ ਤੇ ਗਰਦਾਸਪੁਰ ਵਿੱਚ ਹੋਈਆਂ ਨੇ ਲੁਧਿਆਣਾ ਸਥਿਤ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਅਨੁਸਾਰ ਤਰਨਤਾਰਨ ਵਿੱਚ 1034 ਪਰਾਲੀ ਸਾੜਨ ਦੀਆਂ ਘਟਨਾਵਾਂ ਹੋਈਆਂ ਨੇ ਜੋ ਸੂਬੇ ਦੇ ਵਿੱਚ ਸਭ ਤੋਂ ਵੱਧ ਨੇ ਇਸ ਤੋਂ ਬਾਅਦ ਅਮਰਤਸਰ ਗਰਦਾਸਪੁਰ ਇਸੇ ਮਿਆਦ ਦੌਰਾਨ ਸੂਬੇ ਚ ਕੁੱਲ 3696 ਪ੍ਰਾਲੀ ਸਾੜਨ ਦੀਆਂ ਘਟਨਾਵਾਂ ਹੋਈਆਂ ਨੇ ਖਤਰਨਾਕ ਵਾਦੇ ਦੇ ਪਿੱਛੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਚੋਣੇ ਦੀ ਪ੍ਰਾਲੀ ਸਾੜਨ ਦਾ ਵੀ ਇੱਕ ਕਾਰਨ ਹੈ ਤੇ ਦੀਵਾਲੀ ਦੇ ਆਸ-ਪਾਸ ਪਟਾਕੇ ਫੋੜਨ ਨਾਲ ਅਕਸਰ ਸਥਿਤੀ ਹੋਰ ਖਤਰਨਾਕ ਹੋ ਜਾਂਦੀ ਆ ਸੂਬੇ ਦੇ ਖੇਤੀਬਾੜੀ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਚ ਕੁੱਲ ਕਾਸ਼ਤ ਵਾਲੇ ਰਕਬੇ ਦਾ 35% ਦੀ ਹਿੱਸਾ ਚੋਣੇ ਹੇਠਾਂ ਆ ਚੁੱਕਾ ਹੈ ਬਿੱਗ ਨਿਊਜ਼ ਆਫ ਪੰਜਾਬ ਅੱਜ ਅਧਿਆਪਕ ਯੂਨੀਅਨਾਂ ਪੰਜਾਬ ਸਰਕਾਰ ਦੇ ਰਵੱਈਏ ਤੋਂ ਖਫਾ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਸੰਘਰਸ਼ ਕਰਨ ਵਾਲੇ ਅਧਿਆਪਕਾਂ ਨੂੰ ਧਮਕਾਉਣ ਦੇ ਇਲਜ਼ਾਮ ਅਧਿਆਪਕ ਯੂਨੀਅਨ ਪੰਜਾਬ ਸਰਕਾਰ ਦੇ ਰਵੱਈਏ ਤੋਂ ਖੁਸ਼ ਨਹੀਂ ਆ ਅਧਿਆਪਕ ਲੀਡਰਾਂ ਨੇ ਦੋਸ਼ ਲਾਇਆ ਕਿ ਉਹਨਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਥਾਂ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸੰਘਰਸ਼ ਕਰਨ ਦੇ ਬਦਲੇ ਅਧਿਆਪਕਾਂ ਨੂੰ ਧਮਕਾਇਆ ਜਾ ਰਿਹਾ ਉਹਨਾਂ ਦੇ ਮਸਲੇ ਹੱਲ ਨਾ ਹੋਣ ਦੀ ਸੂਰਤ ਵਿੱਚ 6 ਨਵੰਬਰ ਤੋਂ ਸੂਬਾਈ ਰੈਲੀ ਕਰਕੇ ਸਿੱਖਿਆ ਮੰਤਰੀ ਦੀ ਸ਼੍ਰੀ ਆਨੰਦਪੁਰ ਸਾਹਿਬ ਰਹਿਸ਼ਤਾ ਕਰਾਓ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਦੱਸਦੀ ਹੈ ਕਿ ਡੈਮੋਕਰੈਟਿਕ ਟੀਜ਼ਰਜ਼ ਫਰੰਟ ਪੰਜਾਬ ਈਟੀਟੀ ਅਧਿਆਪਕ ਐਸੋਸੀਏਸ਼ਨ ਪੰਜਾਬ ਦੇ ਓਡੀ ਵਾਲੇ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ਤੇ ਐਤਵਾਰ ਨੂੰ ਸੂਬੇ ਭਰ ਦੇ ਅਧਿਆਪਕਾਂ ਵੱਲੋਂ ਨੌ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਪੰਜਾਬ ਸਰਕਾਰ ਦੀ ਅਰਥੀ ਫੂਕਦਿਆਂ ਕਾਲੀ ਦੀਵਾਲੀ ਮਨਾਈ ਗਈ ਤੇ ਇਸ ਦੌਰਾਨ ਪ੍ਰਦਰਸ਼ਨ ਕਰਦੇ ਅਧਿਆਪਕਾਂ ਨੇ ਦੋਸ਼ ਲਾਇਆ ਕਿ ਮੰਗਾਂ ਦਾ ਹੱਲ ਕਰਨ ਦੀ ਥਾਂ ਤੇ ਸਿੱਖਿਆ ਮੰਤਰੀ ਬੈਂਸ ਵੱਲੋਂ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਅੰਮ੍ਰਿਤਸਰ ਵਿੱਚ ਭਾਈਚਾਰੇ ਦੀ ਮਿਸਾਲ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਮੁ슬लिम ਭਾਈਚਾਰੇ ਨੇ ਅਦਾ ਕੀਤੀ ਨਮਾਜ਼ ਦੀਵਾਲੀ ਅਤੇ ਬੰਦੀ ਛੋੜ ਦਿਵਸ ਵਾਲੇ ਦਿਨ ਦੁਪਹਿਰ ਵੇਲੇ ਕੁਝ ਮੁ슬लिम ਭਾਈਚਾਰੇ ਦੇ ਲੋਕ ਹਰਮੰਦਰ ਸਾਹਿਬ ਦੇ ਬਾਹਰ ਫਲਾਜਾ ਵਿੱਚ ਇਕੱਠੇ ਹੋਏ ਇੱਕ ਪਾਸੇ ਸਰਦਾਰਾੂ ਹਰਮੰਦਰ ਸਾਹਿਬ ਦੇ ਅੰਦਰ ਦਾਖਲ ਹੋ ਰਹੇ ਸਨ ਜਦਕਿ ਇਹ ਮੁ슬ਮਾਨ ਹਰਮੰਦਰ ਸਾਹਿਬ ਦੇ ਮੁੱਖ ਗੇਟ ਕੋਲ ਇਕੱਠੇ ਖੜੇ ਸਨ ਤੇ ਮੁ슬लिम ਭਾਈਚਾਰੇ ਸਿੱਖ ਕੌਮ ਅਤੇ ਹੋਰ ਸਰਦਾਰਾਂ ਵਾਲਾਂ ਲਈ ਆਪਸੀ ਸਦ ਭਾਵਨਾ ਦਾ ਸੰਦੇਸ਼ ਲੈ ਕੇ ਆਇਆ ਸੀ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਗੁਜਿਸ਼ਤ ਜੁਮਾ ਦੀ ਨਮਾਜ਼ ਅਦਾ ਕੀਤੀ ਪੂਰੇ ਦੇਸ਼ ਵਿੱਚ ਜਿੱਥੇ ਧਰਮ ਦੇ ਨਾਂ ਤੇ ਲੜਾਈਆਂ ਹੋ ਰਹੀਆਂ ਨੇ ਮੁਸਲਮਾਨ ਭਾਈਚਾਰਾ ਪਿਆਰ ਦਾ ਸੰਦੇਸ਼ ਲੈ ਕੇ ਪਹੁੰਚਿਆ ਸੀ ਬਾਹਰੀ ਚੋਨਾ ਪੰਜਾਬ ਦੀ ਹੱਦ ਤੇ ਦਾਖਲੇ ਲਈ ਖੜੇ ਦਰਜਨਾ ਟਰੱਕਾਂ ਬਾਰੇ ਵਿਭਾਗ ਦੇ ਫਸੇ ਪੇਚ ਪੰਜਾਬ ਦੇ ਵਿੱਚ ਬਾਹਰੀ ਝੋਨੇ ਦੀ ਆਮਦ ਤੇ ਸਖਤ ਸਰਕਾਰ ਰੋਕ ਕੇ ਸਰਕਾਰੀ ਵਿਭਾਗ ਵਿੱਚ ਆਪਸੀ ਖਿੱਚੋ ਤੰਦੇ ਹਾਲਾਤ ਪੈਦਾ ਕਰ ਦਿੱਤੇ ਨੇ ਸਰਕਾਰੀ ਨਿਰਦੇਸ਼ਾਂ ਕਾਰਨ ਪੰਜਾਬ ਪੁਲਿਸ ਦੇ ਵੱਲੋਂ ਕਿੱਲਿਆਂ ਵਾਲੀ ਅੰਤਰਾਜੀ ਨਾਕੇ ਤੇ ਝੋਨੇ ਦੇ ਪਰੇ ਖੜੇ ਡੇਢ ਦਰਜਨ ਟਰੱਕ ਪੰਜਾਬ ਤੋਂ ਗਾਂ ਨਹੀਂ ਜਾਣ ਦਿੱਤੇ ਜਾ ਰਹੇ ਟਰੱਕਾਂ ਦੇ ਵਿੱਚ ਲੱਦੇ ਝੋਨੇ ਦੀ ਅਸਲ ਕਿਸਮ ਬਾਰੇ ਪੰਜਾਬ ਪੁਲਿਸ ਅਤੇ ਪੰਜਾਬ ਮੰਡੀ ਬੋਰਡ ਦੇ ਵਿੱਚ ਪੇਚ ਫਸਿਆ ਹੋਇਆ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੱਕ ਹੱਦ ਤੋਂ ਪਛਾਣ ਹੀ ਖੜੇ ਨੇ ਤੇ ਪੰਜਾਬ ਪੁਲਿਸ ਨੂੰ ਖਦਸਾਏ ਕਿ ਨਾ ਟਰੱਕਾਂ ਵਿੱਚ ਉੱਪਰ-ਉੱਪਰ ਬਾਸਪਤ ਦੀ ਝੋਨਾ ਲੱਦ ਕੇ ਤੇ ਵਿਚਾਲੇ ਪਰਮਲ ਝੋਨਾ ਪਰਿਆ ਹੋਣ ਦੀ ਸੂਚਨਾ ਹੈ ਤੇ ਪੰਜਾਬ ਤੋਂ ਬਾਹਰ ਹੀ ਪਰਮਲ ਝੋਨੇ ਦੀ ਆਮਦ ਤੇ ਪੂਰਨ ਪਰਬ ਪਾਬੰਦੀ ਹੈ ਜਦ ਕਿ ਟਰੱਕ ਟਰੱਕ ਡਰਾਈਵਰਾਂ ਕੋਲੇ ਦਸਤਾਵੇਜ਼ਾਂ ਦੇ ਮੁਤਾਬਕ ਇਹ ਟਰੱਕ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਹੋਰ ਥਾਵਾਂ ਤੋਂ ਝੋਨਾ ਲਿਆ ਕੇ ਜਲਾਲਾਬਾਦ ਖੇਤਰ ਦੇ ਛਾਲਰਾਂ ਵਿੱਚ ਲੱਤਦੇ ਹਨ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪ੍ਰਧਾਨ ਮੰਤਰੀ ਮੋਦੀ ਨੇ ਫੌਜ ਦੇ ਇੱਕ ਅਧਿਕਾਰੀ ਨਾਲ 21 ਸਾਲਾਂ ਬਾਅਦ ਕੀਤੀ ਮੁਲਾਕਾਤ ਸੋ ਵੱਡੀ ਖਬਰ ਹੈ ਜੀ ਪਰ ਉਸ ਤੋਂ ਪਹਿਲਾਂ ਨੇਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬਰ ਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਗਿਲ ਵਿੱਚ ਹਥਿਆਰਬੰਦ ਫੋਰਸਾਂ ਦੇ ਕਰਮੀਆਂ ਨਾਲ ਦੀਵਾਲੀ ਮਨਾਈ ਤੇ ਇਸ ਦੌਰਾਨ ਇੱਕ ਨੌਜਵਾਨ ਫੌਜ ਅਧਿਕਾਰੀ ਨੇ 2001 ਦੇ ਵਿੱਚ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਰਹਿਣ ਦੌਰਾਨ ਉਹਨਾਂ ਨਾਲ ਲੈ ਕੇ ਤਸਵੀਰ ਉਹਨਾਂ ਨੂੰ ਪੇਂਟ ਕੀਤੀ ਤਾਂ ਭਾਵੁਕ ਪਲ ਸਾਹਮਣੇ ਆਇਆ ਇਹ ਤਸਵੀਰ ਉਸ ਸਮੇਂ ਦੀ ਸੀ ਜਦੋਂ ਪੀਐਮ ਮੋਦੀ ਸੈਨਿਕ ਸਕੂਲ ਗਏ ਜਿੱਥੇ ਮੇਜਰ ਅਮਿਤ ਸੈਨਿਕ ਪੜ੍ਹਾ ਕਰਦਾ ਸੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਮੈਨੂੰ ਨਹੀਂ ਲੱਗਦਾ ਇਨਸਾਫ ਮਿਲੇਗਾ ਗੈਂਗਸਟਰਾਂ ਨਾਲ ਰਾਜਨੀਤਿਕ ਅਤੇ ਪ੍ਰਸ਼ਾਸਨ ਵੀ ਮਿਲਿਆ ਹੋਇਆ ਹੈ ਦੀਵਾਲੀ ਦੇ ਮੌਕੇ ਤੇ ਪੁੱਤ ਨੂੰ ਯਾਦ ਕਰਦਿਆਂ ਇੱਕ ਵਾਰ ਫਿਰ ਮਰਹੂਮ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਇਹ ਕੰਮ ਇਕੱਲੇ ਗੈਂਗਸਟਰਾਂ ਦਾ ਨਹੀਂ ਇਸ ਨਾਲ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਰੂਕ ਲੋਕ ਵੀ ਰਲੇ ਹੋਏ ਹਨ ਮੈਨੂੰ ਨਹੀਂ ਲੱਗਦਾ ਕਿ ਇਨਸਾਫ ਮਿਲੇਗਾ ਅੱਜ ਮੂਸੇਪਿੰਡ ਦੇ ਵਿੱਚ ਕਾਲੀ ਦੀਵਾਲੀ ਮਨਾਈ ਗਈ ਤੇ ਇਸ ਮੌਕੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਫਰਵਰੀ ਤੋਂ ਲੈ ਕੇ ਹੁਣ ਤੱਕ ਅਸੀਂ ਆਪਣੇ ਪੁੱਤ ਸ਼ੁਭਦੀਪ ਸਿੰਘ ਤੇ ਦੋ ਹੋਰ ਗੱਬਰੂ ਕਬੱਡੀ ਖਿਡਾਰੀ ਸੰਦੀਪ ਸਿੰਘ ਤੇ ਅਦਾਕਾਰ ਦੀਪ ਸਿੰਘ ਨੂੰ ਗਵਾ ਚੁੱਕੇ ਹਾਂ ਪਰ ਸਾਨੂੰ ਨਹੀਂ ਲੱਗਦਾ ਕਿ ਸਾਨੂੰ ਇਨਸਾਫ ਮਿਲੇਗਾ ਕਿਉਂਕਿ ਗੈਂਗਸਟਰਾਂ ਦੇ ਨਾਲ ਪ੍ਰਸ਼ਾਸਨਿਕ ਲੋਕ ਵੀ ਮਲੇ ਨੇ ਕਿਸੇ ਨੂੰ ਗੋਲੀ ਮਾਰਨ ਵਾਲੀ ਗੋਲੀ ਦਾ ਹੱਕਦਾਰ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਕੰਮ ਕਦੇ ਗੈਂਗਸਟਰਾਂ ਦਾ ਨਹੀਂ ਇਸ ਨਾਲ ਰਾਜਨੀਤਿਕ ਲੋਕਾਂ ਦਾ ਵੀ ਹੱਥ ਹੈ ਉਹਨਾਂ ਨੇ ਕਿਹਾ ਜੀ ਮੈਨੂੰ ਨਹੀਂ ਲੱਗਦਾ ਇਨਸਾਫ ਮਿਲੇਗਾ ਜਿਸ ਲਈ ਤੁਸੀਂ ਲੋਕ ਸਾਡਾ ਸਾਥ ਦੇ ਰਹੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਉਹਨਾਂ ਨੇ ਕਿਹਾ ਜੀ ਸਾਡੇ ਗਵਾਂਢੀ ਹਲਕੇ ਦਾ ਇੱਕ ਗੈਂਗਸਟਰ ਬਣਿਆ ਜਿਸ ਦੇ ਥੱਲੇ 15 ਲੋਕ ਕੰਮ ਕਰਨ ਲੱਗੇ ਉਹਨਾਂ ਨੇ ਕਿਹਾ ਜੀ ਅੱਜ ਦਾ ਪ੍ਰੋਗਰਾਮ ਸਿਰਫ ਤੁਹਾਡੇ ਸਾਰਿਆਂ ਦੇ ਆਉਣ ਅਤੇ ਗੱਲਬਾਤ ਕਰਨ ਲਈ ਬੁਲਾਇਆ ਗਿਆ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਦੀਵਾਲੀ ਤੇ ਲੁਧਿਆਣਾ ਪਾਵਰ ਕਮ ਨੇ ਕੀਤਾ ਵਿਸ਼ੇਸ਼ ਪ੍ਰਬੰਧ ਮੌਕੇ ਤੇ ਹੋਵੇਗਾ ਸ਼ਿਕਾਇਤਦਾਰ ਨਿਪਟਾਰਾ ਰੌਸ਼ਨੀ ਦੇ ਤਿਹਾਰ ਦਿਵਾਲੀ ਦੇ ਲੁਧਿਆਣਾ ਪਾਵਰ ਕਮ ਨੇ ਵਿਸ਼ੇਸ਼ ਪ੍ਰਬੰਧ ਕੀਤੇ ਨੇ ਜਾਣਕਾਰੀ ਕੇਂਦਰੀ ਜੋਨ ਪਾਵਰਕਾਮ ਲੁਧਿਆਣਾ ਦੇ ਚੀਫ ਇੰਜੀਨੀਅਰ ਪਰਮਜੀਤ ਸਿੰਘ ਖਾਂ ਬਾਣੇ ਦਿੱਤੀ ਉਹਨਾਂ ਨੇ ਕਿਹਾ ਜੀ ਹਰ ਡਿਵੀਜ਼ਨ ਵਿੱਚ ਟੈਕਨੀਕਲ ਸਟਾਫ ਦੀਆਂ 2-2 ਟੀਮਾਂ ਤਨਾਇਤ ਕੀਤੀਆਂ ਨੇ ਜੋ ਐਸਡੀਓ ਦੀ ਦੇਖ ਰਹਿਖ ਚ ਕੰਮ ਕਰਦੀਆਂ ਇਹ ਟੀਮਾਂ ਵਾਹਨਾਂ ਨਾਲ ਲੈਸ ਹੋਣਗੀਆਂ ਕਿਸੇ ਵੀ ਬਿਜਲੀ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ 'ਚ ਦੇਰ ਨਾ ਲੱਗੇ ਇਸ ਦਿਨ ਕਿਸੇ ਵੀ ਇਲਾਕੇ 'ਚ ਜੋ ਕੋਈ ਸ਼ਡਿਊਲ ਪਾਵਰ ਕੱਟ ਨਹੀਂ ਲਿਆ ਗਿਆ ਵਿਭਾਗਦਿਆਂ ਸਮੂਥ ਡਿਵੀਜ਼ਨਾਂ ਦੇ ਅਧਿਕਾਰੀਆਂ ਨੇ ਸਪਸ਼ਟ ਤੌਰ ਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਕਿਸੇ ਵੀ ਇਲਾਕੇ 'ਚ ਕਿਸੇ ਫਾਲਟ ਕਾਰਨ ਬਿਜਲੀ ਬੰਦ ਹੁੰਦੀ ਹੈ ਤਾਂ ਉਸੇ ਸਮੇਂ ਸ਼ਿਕਾਇਤ ਦੇ ਨਿਪਟਾਰੇ ਲਈ ਮੁਲਾਜ਼ਮਾ ਨੂੰ ਭੇਜਿਆ ਜਾਵੇ। ਰੇਲਵੇ ਨੇ ਦਿੱਤਾ ਵੱਡਾ ਚਟਕਾ ਤਿਹਾਰਾਂ ਦੇ ਮੱਦੇਨਜ਼ਰ ਪਲੇਟਫਾਰਮ ਟਿਕਟਾਂ 'ਚ ਕੀਤਾ ਵਾਅਦਾ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਨੇ ਦੀਵਾਲੀ ਅਤੇ ਸ਼ਖ ਪੂਜਾ ਤਿਹਾਰ ਦੌਰਾਨ ਭਾਰੀ ਭੀੜ ਦੇ ਮੱਦੇਨਜ਼ਰ ਪਲੇਟਫਾਰਮ ਟਿਕਟਾਂ ਦੀਆਂ ਕੀਮਤਾਂ 'ਚ ਸਥਾਈ ਤੌਰ ਤੇ ਵਾਧਾ ਕਰ ਦਿੱਤਾ ਹੈ। ਡਿਵੀਜ਼ਨ A ਦੇ ਇਕਦਿਸ਼ਰੇ ਸ਼੍ਰੇਸ਼ਾਣੀ ਦੇ ਰੇਲਵੇ ਸਟੇਸ਼ਨ ਜਿਨ੍ਹਾਂ ਚੋਂ ਲੁਧਿਆਣਾ ਜਲੰਧਰ ਸਿਟੀ ਜਲੰਧਰ ਕੈਂਟ ਜੰਮੂ ਤਵੀ ਵੈਸ਼ਨੂੰ ਦੇ ਵੀ ਅੰਮ੍ਰਿਤਸਰ ਬਿਆਸ ਫਗਵਾੜਾ ਉਦਮਪੁਰ ਪਠਾਨਕੋਟ ਪਠਾਨਕੋਟ ਕੈਂਟ ਫਿਰੋਜ਼ਪੁਰ ਸ਼ਾਮਲ ਨੇ ਦੇ ਰੇਲਵੇ ਸਟੇਸ਼ਨਾਂ ਦੇ ਪਲੇਟਫਾਰਮ ਟਿਕਟ 10 ਰੁਪਏ ਦੀ ਥਾਂ ਤੇ 30 ਰੁਪਏ ਲੈਣੀ ਪਵੇਗੀ ਰਿਸ਼ੀ ਸੁਨਕ ਹੋਣਗੇ ਈਸ਼ੀਆਈ ਮੂਲ ਦੇ ਪਹਿਲੇ ਬ੍ਰਿਟਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਯੂਕੇ ਦੇ ਪਹਿਲੇ ਐਸਆਈ ਮੂਲ ਦੇ ਪ੍ਰਧਾਨ ਮੰਤਰੀ ਬਣਨਗੇ ਜੀ ਉਹ ਉਸ ਵੇਲੇ ਸਤਾ ਸੰਭਾਲਣਗੇ ਜਦੋਂ ਦੇਸ਼ ਕਾਫੀ ਵਿੱਤੀ ਚੁਣੌਤੀਆਂ ਵਿੱਚੋਂ ਲੰਘ ਰਿਹਾ ਉਹਨਾਂ ਨੂੰ ਕੰਜ਼ਰਵੇਟਿਵ ਪਾਰਟੀ ਦਾ ਨੇਤਾ ਚੁਣ ਲਿਆ ਗਿਆ ਜੀ ਉਹ ਬ੍ਰਿਟੇਨ ਦੇ ਪਹਿਲੇ ਭਾਰਤੀ ਮੂਲ ਦੇ ਸਿਆਹਾ ਫਾਰਮ ਨਸਲ ਦੇ ਪ੍ਰਧਾਨ ਮੰਤਰੀ ਹੋਣਗੇ ਉਹ ਕੰਜ਼ਰਵੇਟਿਵ ਪਾਰਟੀ ਦਾ ਆਗੂ ਚੁਣ ਲਿਆ ਗਿਆ ਜੀ ਸਰ ਗ੍ਰਾਹਮ ਐਮਪਰੇਰਿਟੀ ਨੇ ਇਸ ਦਾ ਰਸਮੀ ਐਲਾਨ ਕੀਤਾ ਹੈ ਪੈਨੀ ਮੋਰਡੰਟ ਨੇ ਆਪਣੇ ਦਾਅਵੇਦਾਰੀ ਵਾਪਸ ਲੈ ਲਈ ਅਤੇ ਇਸ ਤੋਂ ਪਹਿਲਾਂ ਬਾਰਸ ਜੌਨਸਨ ਨੇ ਵੀ ਆਪਣੇ ਆਪ ਨੂੰ ਇਸ ਰੇਖਾ ਤੋਂ ਰੇਸ ਤੋਂ ਵੱਖ ਕਰ ਲਿਆ ਸੀ ਨਵੇਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸਾਹਮਣੇ ਕਈ ਮੁਸ਼ਕਲਾਂ ਚੁਣੌਤੀਆਂ ਤੇ ਸਵਾਲ ਹੋਣਗੇ ਇਹਨਾਂ ਵਿੱਚੋਂ ਸਭ ਤੋਂ ਮੁਸ਼ਕਲ ਹੈ ਕਿ ਬ੍ਰਿਟੇਨ ਦੇ ਅਰਥਚਾਰੇ ਦੀ ਮੌਜੂਦਾ ਸਥਿਤੀ ਸਹੀ ਨਹੀਂ ਹੈ ਬ੍ਰਿਟੇਨ ਗਰੀਬ ਹੁੰਦਾ ਜਾ ਰਿਹਾ ਜੀ ਦੇਸ਼ ਦੀ ਜਨਤਾ ਇਸ ਨੂੰ ਮਹਿਸੂਸ ਕਰ ਰਹੀ ਹੈ ਜਾਂ ਕਿ ਕੈਬਨਿਟ ਮੰਤਰੀ ਦੇ ਸ਼ਬਦਾਂ ਵਿੱਚ ਕਈ ਇਹ ਤਾਂ ਸਾਡੇ ਸਾਹਮਣੇ ਉਹ ਸਾਰੀਆਂ ਸਮੱਸਿਆਵਾਂ ਹਨ ਜੋ ਪਹਿਲਾਂ ਤੋਂ ਸੰਤ ਤੇ ਹੁਣ ਆਰਥਿਕ ਸੰਕਟ ਵੀ ਪੀਐਸਟੀਈਟੀ ਐਗਜ਼ਾਮ 2022 ਡੇਟ ਪੰਜਾਬ ਸਰਕਾਰ ਨੇ ਅਧਿਆਪਕ ਯੋਗਤਾ ਪ੍ਰੀਖਿਆ ਮਿਤੀ ਐਲਾਨ ਦਿੱਤੀ ਹੈ ਜੇ ਪੰਜਾਬ ਸਰਕਾਰ ਨੇ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਮਿਤੀ ਦਾ ਐਲਾਨ ਕਰ ਦਿੱਤਾ ਜੀ ਅਧਿਆਪਕ ਵਿਦਿਅਕ ਖੋਜ ਤੇ ਸਿੱਖ ਲਾਇਬ੍ਰੇਰੀਸ਼ਟ ਪੰਜਾਬ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਪਬਲਿਕ ਨੋਟਿਸ ਦੇ ਅਨੁਸਾਰ ਵੱਖ-ਵੱਖ ਟੈਟ ਯੂਨੀਅਨਸ ਅਤੇ ਡੀਐਲੈਡ ਬੀਐਡ ਸਿੱਖਿਆਰਥੀਆਂ ਵੱਲੋਂ ਪ੍ਰਾਪਤ ਬੇਨਤੀਆਂ ਦੇ ਪੁੱਛਗਿੱਛ ਦੇ ਮੱਦੇਨਜ਼ਰ ਦੱਸਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਦੀ ਅਗਲੀ ਪ੍ਰੀਖਿਆ ਦਸੰਬਰ 2022 ਦੇ ਦੂਜੇ ਐਤਵਾਰ ਨੂੰ ਲੈਣ ਦਾ ਫੈਸਲਾ ਕੀਤਾ ਗਿਆ ਹੈ। STF ਦੀ ਜਾਂਚ ਰਿਪੋਰਟ ਚ ਵੱਡਾ ਖੁਲਾਸਾ ਜੇਲ੍ਹ ਚ ਬੈਠੇ ਗੈਂਗਸਟਰ ਸਰਹੱਦੋਂ ਪਾਰੋਂ ਮੰਗਵਾ ਰਹੇ ਹਨ ਹਥਿਆਰ ਪੰਜਾਬ ਦੀਆਂ ਜੇਲ੍ਹਾਂ ਦਾ ਕਨੈਕਸ਼ਨ ਹੁਣ ਪਾਕਿਸਤਾਨ ਨਾਲ ਜੁੜ ਗਿਆ ਹੈ ਜੇਲ੍ਹਾਂ ਦੇ ਵਿੱਚ ਬੈਠੇ ਗੈਂਗਸਟਰ ਸਰਹੱਦ ਪਾਰ ਤੋਂ ਹਥਿਆਰ ਪੰਜਾਬ ਵਿੱਚ ਮੰਗਵਾ ਰਹੇ ਨੇ ਤੇ ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ STF ਨੇ ਦੱਸਿਆ ਕਿ ਪੰਜਾਬ ਦੀ ਜੇਲ੍ਹ ਤੋਂ ਗੈਂਗਸਟਰਾਂ ਨੇ ਪਾਕਿਸਤਾਨ ਵਿੱਚ ਫੋਨ ਕੀਤਾ ਤੇ ਹਥਿਆਰ ਮੰਗਵਾਏ ਐਐਸਟੀਐਫ ਨੇ ਹੁਣ ਇਸ ਮਾਮਲੇ 'ਚ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਜਲਦੀ ਹੀ ਇਸ ਨੂੰ ਜਨਤਕ ਕੀਤਾ ਜਾ ਸਕਦਾ ਹੈ ਕਿ ਕਿਸ ਗੈਂਗਸਟਰ ਨੇ ਜੇਲ੍ਹ ਤੋਂ ਪਾਕਿਸਤਾਨ ਵਿੱਚ ਫੋਨ ਕਰਕੇ ਹਥਿਆਰ ਮੰਗਵਾਏ ਹਨ ਇਸ ਸੂਚਨਾ ਤੋਂ ਬਾਅਦ ਜੇਲ੍ਹ ਮੰਤਰੀ ਜੇਲ੍ਹਾਂ ਵਿੱਚ ਗੈਂਗਸਟਰਾਂ ਦੇ ਖਾਸ ਨਜ਼ਰ ਰੱਖਣ ਦੇ ਹੁਕਮ ਦਿੱਤੇ ਨੇ ਦਿਨ ਵਿੱਚ 5 ਤੋਂ ਸ਼ੇਵਾਰ ਗੈਂਗਸਟਰਾਂ ਦੀ ਰੁਟੀਨ ਚੈਕਿੰਗ ਕੀਤੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਹੀ ਨਸ਼ਾ ਤਸਕਰ ਜਗਦੀਸ਼ ਪੋਲਾ ਤੋਂ ਵੀ ਪਟਿਆਲਾ ਜੇਲ੍ਹ ਚੋਂ ਮੋਬਾਈਲ ਬਰਾਮਦ ਹੋਇਆ ਹੈ ਇਸ ਵਿੱਚ ਪੋਲਾ ਨੇ ਜੇਲ੍ਹ ਸੁਪਰੀਡੈਂਟ ਨੂੰ ਵੀ ਧਮਕੀਆਂ ਦਿੱਤੀਆਂ ਨੇ ਸੱਦੂ ਮੂਸੇਵਾਲੇ ਦੇ ਪਿੰਡ ਵਿੱਚ ਦੀਵਾਲੀ ਬਾਰੇ ਲਾਊਡ ਸਪੀਕਰ ਤੋਂ ਕੀਤੀ ਗਈ ਵੱਡੀ ਅਪੀਲ ਉਹਨਾਂ ਨੇ ਕਿਹਾ ਜੀ ਸਾਡਾ ਦੀਵਾਲੀ ਮਨਾਉਣ ਦਾ ਕੋਈ ਮਨ ਨਹੀਂ ਸੋ ਮੂਸੇਵਾਲਾ ਦੇ ਮੂਸਾ ਪਿੰਡ ਦੇ ਵਸਨੀਤ ਸਰ ਸਿੰਘ ਨੇ ਵੀ ਪ੍ਰਸ਼ੰਸ਼ਕਾਂ ਵਾਂਗ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਮੂਸੇਵਾਲਾ ਨੂੰ ਅੰਤਮ ਵਾदाई ਕਿ ਦਿੱਤੀ ਗਈ ਸਿੱਧੂ ਮੂਸੇਵਾਲਾ ਤੋਂ ਬਿਨਾਂ ਸਾਡੀ ਦੀਵਾਲੀ ਕਾਲੀ ਹੈ ਜੇਕਰ ਅੱਜ ਉਹ ਇੱਥੇ ਹੁੰਦਾ ਤਾਂ ਦੀਵਾਲੀ ਦੀ ਗੱਲ ਕੁਝ ਹੋਰ ਹੁੰਦੀ ਦੀਵਾਲੀ ਦੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਈਐਸ ਤੇ ਆਈਪੀਐਸ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ ਸੂਬੇ ਚ ਪੂਰਾ ਤਨ ਸ਼ਾਨ ਬਹਾਲ ਕਰਨ ਦੇ ਲਈ ਸਖਤ ਮਿਹਨਤ ਕਰਨ ਲਈ ਕਿਹਾ ਮੁੱਖ ਮੰਤਰੀ ਨੇ ਦੀਵਾਲੀ ਦੇ ਸ਼ੁਭ ਮੌਕੇ ਤੇ ਅਧਿਕਾਰੀਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਅਧਿਕਾਰੀ ਸੂਬਾ ਸਰਕਾਰ ਦੀ ਦੀੜ ਦੀ ਹੱਡੀ ਹਨ ਤੇ ਇਹਨਾਂ ਨੂੰ ਪੰਜਾਬ ਦੀ ਤਰੱਕੀ ਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਮਿਹਨਤ ਅਤੇ ਤਨਦਾਈ ਹੀ ਨਾਲ ਨਿਭਾਉਣੀ ਚਾਹੀਦੀ ਆ ਪੰਜਾਬ ਨੂੰ ਦੇਸ਼ ਦਾ ਮੋਰੀ ਸੂਬਾ ਬਣਾਉਣਾ ਸਮੇਂ ਦੀ ਲੋੜ ਹੈ 43 ਗ੍ਰਾਮ ਹੋਰਣ 56 ਬੋਤਲਾਂ ਨਜਾਇਜ਼ ਸ਼ਰਾਬ ਅਤੇ 510 ਰੁਪਏ ਜੂਏ ਦੀ ਰਾਸ਼ੀ ਬਰਾਮਦ ਪੰਜ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਜਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਵੱਖ-ਵੱਖ ਥਾਵਾਂ ਤੋਂ 43 ਗ੍ਰਾਮ ਹੋਰਣ 56 ਬੋਤਲਾਂ ਨਜਾਇਜ਼ ਸ਼ਰਾਬ ਤੇ 510 ਰੁਪਏ ਜੂਏ ਦੀ ਰਾਸ਼ੀ ਬਰਾਮਦ ਕਰਕੇ ਪੰਜ ਵਿਅਕਤੀਆਂ ਖਿਲਾਫ ਐਨਡੀਪੀਐਸ ਐਕਟ ਆਪਕਾਇ ਐਕਟ ਤੇ ਜੂਆ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਉਹਨਾਂ ਨੇ ਕਿਹਾ ਕਿ ਸਨੇਰ ਰੋਡ ਤੇ ਜੀਰਾ ਤੋਂ ਪੈਦਲ ਆਉਂਦਾ ਇੱਕ ਨੌਜਵਾਨ ਮੁਖਾਈ ਦਿੱਤਾ ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਇੱਕਦਮ ਪਿੱਛੇ ਮੁੜ ਗਿਆ ਪੰਜਾਬ ਅਲਰਟਾ ਜੀ ਅੱਧਾ ਦਰਦਨ ਸ਼ਹਿਰਾਂ ਵਿੱਚ ਅਲਰਟਾ ਸਰਹੱਦੀ ਇਲਾਕਿਆਂ ਦੇ ਵਿੱਚ ਖਾਸ ਪੈਰਾ ਵਧਾ ਦਿੱਤਾ ਗਿਆ ਜੀ ਧਾਰਮਿਕ ਸਥਾਨਾਂ ਅੱਗੇ ਪੁਲਿਸ ਮੁਲਾਜ਼ਮ ਪੀਏਪੀ ਕਮਾਂਡੋਜ਼ ਤਾਇਨਾਤ ਕੀਤੇ ਗਏ ਹਨ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਵੀ ਸੀ ਦੀ ਨਿਯੁਕਤੀ ਨੂੰ ਲੈ ਕੇ ਜੰਗ ਤੇਜ ਰਾਜਪਾਲ ਨੇ ਕਿਹਾ ਸਰਕਾਰ ਨਾਮੰਨੀ ਤਾਂ ਕਰਾਂਗਾ ਕਾਨੂੰਨੀ ਕਾਰਵਾਈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਤਵਜੋ ਨਿਯੁਕਤੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਰਾਜਪਾਲ ਬਨਵਾਰੀ لال ਪ੍ਰੋਹਿਤ ਖੁੱਲ ਕੇ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਜੀ ਸੂਬਾ ਸਰਕਾਰ ਯੂਨੀਵਰਸਿਟੀ ਦੇ ਕੰਮ ਵਿੱਚ ਦਖਲ ਨਹੀਂ ਦੇ ਸਕਦੀ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਵਾਈਸ ਚਾਂਸਲਰ ਦੀ ਨਿਯੁਕਤੀ ਬੋਰਡ ਦਾ ਅਧਿਕਾਰ ਹੈ ਇਸ ਲਈ ਦੱਸਦੀ ਹੈ ਕਿ ਉਸ ਬੋਰਡ ਦਾ ਚੇਅਰਮੈਨ ਚਾਂਸਲਰ ਹੈ ਤੇ ਚਾਂਸਲਰ ਨੂੰ ਦੱਸੇ ਬਿਨਾ ਵੀ ਸੀ ਦੀ ਨਿਯੁਕਤੀ ਨਹੀਂ ਸਹੀ ਨਹੀਂ ਹੈ ਤੇ ਉਹਨਾਂ ਨੇ ਕਿਹਾ ਜੀ ਸੂਬਾ ਸਰਕਾਰ ਯੂਨੀਵਰਸਿਟੀ ਦੇ ਮਸਲਿਆਂ ਵਿੱਚ ਦਖਲ ਨਹੀਂ ਦੇ ਸਕਦੀ ਉਹਨਾਂ ਨੇ ਕਿਹਾ ਜੀ ਮੈਂ ਭਗਵੰਤ ਮਾਨ ਨੂੰ ਸੀਐਮ ਦੀ ਸੌ ਚੁਕਾਈ ਸੀ ਉਹੋ ਸਮਝ ਲੈਣ ਤਾਮਿਲਨਾਡੂ ਜੋ ਚਾਂਸਲਰ ਦਾ ਉਹਦਾ 50 ਕਰੋੜ ਚੋਂ ਵੇਚਿਆ ਗਿਆ ਮੈਂ 4 ਸਾਲ ਤਾਮਿਲਨਾਡੂ ਦਾ ਰਾਜਪਾਲ ਰਿਆ ਸਿਸਟਮ ਬਹੁਤ ਖਰਾਬ ਸੀ ਤਾਮਿਲਨਾਡੂ ਵਿੱਚ ਚਾਂਸਲਰ ਦਾ ਉਹਦਾ 50 ਕਰੋੜ ਚੋਂ ਵੇਚਿਆ ਗਿਆ ਮੈਂ ਕਾਨੂੰਨ ਅਨੁਸਾਰ ਤਾਮਿਲਨਾਡੂ ਵਿੱਚ ਯੂਨੀਵਰਸਿਟੀ ਦੇ 27 ਬੀਸੀ ਨਿਯੁਕਤ ਕੀਤੇ ਨੇ ਪੰਜਾਬ ਸਰਕਾਰ ਨੂੰ ਮੇਰੇ ਤੋਂ ਸਿੱਖਣਾ ਚਾਹੀਦਾ ਹੈ ਪੰਜਾਬ ਸਰਕਾਰ ਦਾ ਜਲਾਸ ਰੱਦ ਹੋਣ ਤੇ ਪੁਜਾਰੀ ਨੇ ਕੀ ਕਿਹਾ ਹੈ ਜੀ ਜੇਕਰ ਸਹਿਮਤੀ ਨਹੀਂ ਮਿਲਦੀ ਤਾਂ ਮੈਂ ਕਾਨੂੰਨੀ ਸਲਾਹ ਵੀ ਲ੍ਹਾਂਗਾ ਪੁਰਾਣਾ ਮੋਬਾਈਲ ਕਹਿ ਨਵਾਂ ਕਹਿ ਕੇ ਵੇਚਣਾ ਪਿਆ ਮਹਿੰਗਾ ਖਪਤਕਾਰ ਕਮਿਸ਼ਨ ਨੇ ਮੋਬਾਈਲ ਦੀ ਕੀਮਤ ਵਿਆਜ ਸਮੇਤ ਵਾਪਸ ਕਰਨ ਤੇ ਹਰਜਾਨਾ ਕਰਨ ਲਈ ਕਿ ਆ ਜੀ ਮੋਬਾਈਲ ਖਰੀਦਣ ਤੋਂ 2 ਮਹੀਨੇ ਪਹਿਲਾਂ ਇਸ ਚੇਕਣ ਪਛਾਤੇ ਵਿਅਕਤੀ ਦੀਆਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਚੰਡੀਗੜ੍ਹ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੇ ਮਾਣ ਐ ਕਿਹਾ ਮੈਚ ਚ ਦਿਖਾਏ ਦਿੱਤੀ ਬੇਟੇ ਦੀ ਮਿਹਨਤ ਅਰਸ਼ਦੀਪ ਨੇ ਇੱਕ ਵਾਰ ਫਿਰ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਉਹਨਾਂ ਨੇ ਕਿਹਾ ਜੀ ਮੈਚ ਕੋਈ ਵੀ ਹੋਵੇ ਅਸੀਂ ਸ਼ੁਰੂ ਤੋਂ ਹੀ ਭਾਰਤੀ ਟੀਮ ਦੀ ਜਿੱਤ ਲਈ ਅਰਦਾਸ ਕਰਦੇ ਹਾਂ ਇਹ ਰੁਝਾਨ ਅਰਸ਼ਦੀਪ ਦੇ ਟੀਮ ਵਿੱਚ ਨਾ ਹੋਣ ਤੋਂ ਬਾਅਦ ਸ਼ੁਰੂ ਹੋਇਆ ਹੈ ਸਾਨੂੰ ਇਸ ਦੀ ਖੇਡ ਪਸੰਦ ਹੈ ਅਰਸ਼ਦੀਪ ਦੇ ਪਿਤਾ ਵੀ ਕ੍ਰਿਕਟਰ ਰਹ ਚੁੱਕੇ ਨੇ ਸੁੰਦਰ ਲਾਈਟਾਂ ਨਾਲ ਸਜਿਆ ਸ੍ਰੀ ਹਰਮੰਦਰ ਸਾਹਿਬ ਸ਼ਾਮ ਨੂੰ ਜਗਾਏ ਗਾਨਗੇ 1 ਲੱਖ ਦੇਸੀ ਘੋਦੇ ਦੀਵੇ ਸੁਕਲ ਦਿਵਾਲੀ ਦੇ ਦਿਹਾੜੇ ਤੇ ਬੰਦੀ ਛੋੜ ਗੁਰਪੁਰਬ ਦੇ ਦਿਹਾੜੇ ਤੇ ਜਿਹੜੇ ਦਿਵਾ ਆਪਣਾ ਸ੍ਰੀ ਅਮਰਤਸਰ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ 1 ਲੱਖ ਦੇਸੀ ਘੋਦੇ ਦੀਵੇ ਜਗਾਏ ਗਏ ਪੰਜਾਬ ਦੇ ਵਿੱਚ ਹਰਿਆਣਾ ਦੀ ਔਰਤ ਤੇ ਤਸ਼ੱਦਦ ਕਰੋ ਘੱਟ ਕੇ ਸੱਸ ਨੇ ਮੰਗੇ ਗਹਿਣੇ ਤੇ ਪਤੀ ਨੇ ਮੰਗੀ 1 ਲੱਖ ਦੀ ਨਗਦੀ ਤੇ ਵੱਡੀ ਕਾਰ ਨਵਾਂ ਕ੍ਰੈਡਿਟ ਕਾਰਡ ਲੈਣ ਦੇ ਸਮੇਂ ਇਹਨਾਂ ਗੱਲਾਂ ਦਾ ਰੱਖੋ ਖਾਸ ਧਿਆਨ ਨਹੀਂ ਤਾਂ ਚੱਲਣਾ ਪੈ ਸਕਦਾ ਹੈ ਭਾਰੀ ਨੁਕਸਾਨ ਕ੍ਰੈਡਿਟ ਕਾਰਡ ਦੀ ਚੋਣ ਕਰਦੇ ਸਮੇਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਜੀ ਕਾਰਡ ਦੀ ਸੀਮਾ ਕਿੰਨੀ ਹੈ ਸੀਮਾ ਦੇ ਅੰਦਰ ਕੰਮ ਕਰਨ ਦੇ ਯੋਗ ਹੋਵੇ ਜੇਕਰ ਕ੍ਰੈਡਿਟ ਕਾਰਡ ਦੀ ਸੀਮਾ ਦੀ ਜਾਂਚ ਕਰੋ ਸੋ ਚਾਰਜਸ ਕਿੰਨੇ ਨੇ ਸੇਵਾਵਾਂ ਤੇ ਪੇਸ਼ਕਸ਼ਾਂ ਕੀ ਮਿਲ ਰਹੀਆਂ ਨੇ ਆਰਬੀਆਈ ਨੇ ਕੀਤਾ ਵੱਡਾ ਖਲਾਸਾ ਪੰਜਾਬ ਸਮੇਤ ਦੇਸ਼ ਦੇ ਇਹਨਾਂ ਸੂਬਿਆਂ ਚ ਵਿੱਤੀ ਹਾਲਾਤ ਖਰਾਬ ਨੇ ਜੀ ਤਿੰਨ ਉੱਤਰ ਪੂਰਬੀ ਰਾਜਾਂ ਸਮੇਤ ਆਂਧਰਾ ਪ੍ਰਦੇਸ਼ ਤੇ ਤਲਿੰਗਾਨਾ ਰਾਜਸਥਾਨ ਤੇ ਪੰਜਾਬ ਬਾਜ਼ਾਰ ਤੋਂ ਉਧਾਰ ਲੈਣ ਦੀ ਜਾਇ ਭਾਰਤੀ ਰਿਜ਼ਰਵ ਬੈਂਕ ਦੀ ਵਿਸ਼ੇਸ਼ ਘੱਟ ਸਮੇਂ ਦੀ ਨਕਦਲੀ ਸੁਵਿਧਾ ਵਾਲੀ ਵਾਰ-ਵਾਰ ਉਪਯੋਗ ਕਰ ਰਹੀ ਤੇ ਦਰਸਾਉਂਦਾ ਹੈ ਕਿ ਰਾਜ ਨਕਦ ਅਸੰਤੁਲਨ ਲਈ ਗੰਭੀਰ ਸਮੱਸਿਆ ਦੇ ਨਾਲ ਜੂਝ ਰਿਹਾ ਹੈ ਆਰਬੀਆਈ ਦੀ ਇੱਕ ਰਿਪੋਰਟ ਅਨੁਸਾਰ ਮਣੀਪੁਰ ਮਜ਼ੁਰਮ ਤੇ ਨਾਗaland ਇਹ ਉੱਤਰ ਪੂਰਬੀ ਤਿੰਨ ਰਾਜ ਵਾਰ-ਵਾਰ ਇਹਨਾਂ ਸੁਵਿਧਾਾਂ ਦਾ ਉਪਯੋਗ ਕਰ ਰਹੇ ਹਨ ਬੈਂਕ ਆਫ ਬਰੋਦਾ ਚੋ ਅਰਥਸ਼ਾਸਤਰੀ ਸੋਨਲ ਬੰਦਨ ਦੇ ਅਨੁਸਾਰ ਇਹਨਾਂ ਸਹੂਲਤਾਂ ਦਾ ਵਾਰ-ਵਾਰ ਉਪਯੋਗ ਇਹਨਾਂ ਰਾਜਾਂ ਦੇ ਗਹਿਰੇ ਨਕਦੀ ਅਸੰਤੁਲਨ ਦੇ ਨਾਲ-ਨਾਲ ਵਿੱਤੀ ਅਨੁਸ਼ਾਸਨ ਦੀ ਕਮੀ ਨੂੰ ਦਰਸਾਉਂਦਾ ਹੈ ਇਸ ਦਾ ਮਤਲਬ ਇਹ ਹੈ ਕਿ ਜਿੰਨਾ ਕਮਾ ਰਹੇ ਹਨ ਉਸ ਤੋਂ ਵੱਧ ਖਰਚ ਕਰ ਰਹੇ ਹਨ ਸੁਖਬੀਰ ਬਾਦਲ ਸ਼੍ਰੋਮਣੀ ਕਮੇਟੀ ਪ੍ਰਧਾਨ ਸਬੰਧੀ ਅਜੇ ਨਹੀਂ ਖੋਲਣਗੇ ਪੱਤੇ ਸੰਤ ਕੁੰਨਸ ਨਾਲ ਕੀਤੀ ਬੰਦ ਕਮਰਾ ਮੀਟਿੰਗ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਬੰਦੀ ਛੋੜ ਦਿਵਸ ਤੇ ਸਿੱਖ ਪੰਥ ਦੇ ਨਾਮ ਤੇ ਸੰਦੇਸ਼ ਜਾਰੀ ਕਰ ਦਿੱਤਾ ਗਿਆ ਜੀ ਤਰਨਜੀਤ ਸੰਧੂ ਦੀਵਾਲੀ ਮੌਕੇ ਗੁਰਦੁਆਰਾ ਰਕਾਬ ਗੰਝ ਦੇ ਵਿੱਚ ਹੋਏ ਨਤਮਸਤਕ ਭਾਰਤ ਦੇ ਅਮਰੀਕਾ ਵਿੱਚ ਰਾਜਦੂਤ ਤਰਨਜੀਤ ਸਿੰਘ ਸੰਧੂ ਅੱਜ ਦੀਵਾਲੀ ਤੇ ਬੰਦੀ ਛੋੜ ਦਿਵਸ ਦੇ ਮੌਕੇ ਗੁਰਦੁਆਰਾ ਰਕਾਬ ਗੰਝ ਸਾਹਿਬ ਵਿੱਚ ਨਤਮਸਤਕ ਹੋਏ ਤੇ ਆਪਣੀ ਤਸਵੀਰ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਸਾਂਝੀ ਕੀਤੀ ਦੀਵਾਲੀ ਨੇ ਮਟਾਈਆਂ ਦੂਰੀਆਂ ਭਾਰਤ ਪਾਕਿਸਤਾਨ ਸਰਹੱਦ ਤੇ ਆਪਸ ਦੇ ਵਿੱਚ ਮੰਡੀਆਂ ਗਈਆਂ ਮਠਿਆਈਆਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਸਰਕਾਰ ਤੁਰੰਤ ਨੋਟੀਫਿਕੇਸ਼ਨ ਜਾਰੀ ਕਰੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਮੀਟਿੰਗ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸੰਬੰਧੀ ਖਬਰਾਂ ਵਕ ਵਕ ਮੀਡੀਆ ਚੈਨਲਾਂ ਵੱਲੋਂ ਦਿੱਤੀਆਂ ਗਈਆਂ ਨੇ ਇਸ ਸੰਬੰਧੀ ਟਿੱਪਣੀ ਕਰਦੇ ਹੋਏ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਗੁਰਜੰਟ ਸਿੰਘ ਕੋਕਰੀ ਕਲਾ ਕੋਕ ਕਨਵੀਨਰ ਰਣਜੀਤ ਸਿੰਘ ਫਤਿਹਗੜ੍ਹ ਟੈਲ ਸਿੰਘ ਸੰਭਰਾ ਅਤੇ ਕਮਲਜੀ ਥਰੂਪੜ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਹਿੱਤ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਲਾਗੂ ਕਰਨ ਦਾ ਫੈਸਲਾ ਬਹੁਤ ਸਲਾਘਾਯੋਗ ਹੈ ਉਹਨਾਂ ਨੇ ਕਿਹਾ ਜੀ ਨੋਟੀਫਿਕੇਸ਼ਨ ਤੁਰੰਤ ਜਾਰੀ ਕਰ ਦੇਣਾ ਚਾਹੀਦਾ ਹੈ ਪਾਕਿਸਤਾਨ ਨੂੰ ਹਾਜ਼ਮ ਨਹੀਂ ਹੋਈ ਭਾਰਤ ਦੀ ਜਿੱਤ ਚੀਟਰਜ਼ ਹੈਸ਼ਟੈਗ ਸਲਾ ਕੇ ਲਾਇ ਇਲਜ਼ਾਮ ਪ੍ਰਸ਼ੰਸ਼ਕਾਂ ਨੇ ਇਲਜ਼ਾਮ ਲਾਇਆ ਕਿ ਮੁਹੰਮਦ ਨਵਾਜ਼ ਵੱਲੋਂ ਆਖਰੀ ਓਵਰ ਤੋਂ ਛੁੱਟੀ ਗਈ ਗੇਂ ਜਿਸ ਨੂੰ ਅੰਪਾਇਰ ਨੇ ਨੋ ਬਾਲ ਇਕਰਾਰ ਦਿੰਦਾ ਹੈ ਇਹ ਫੈਸਲਾ ਸਹੀ ਨਹੀਂ ਪਾਕਿਸਤਾਨ ਦੇ క్రికెਟਰ ਪ੍ਰਸ਼ੰਸਕ ਗੇਂਦ ਦੀ ਉਚਾਈ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕਰ ਰਹੇ ਉਹਨਾਂ ਦਾ ਕਹਿਣਾ ਹੈ ਕਿ ਗੇਂਦ ਮੋੜ ਦੇ ਦੀ ਉਚਾਈ ਤੋਂ ਕਾਫੀ ਹੇਠਾਂ ਸੀ ਤੇ ਕੋਲੀ ਨੇ ਕਰੀਜ਼ ਤੋਂ ਲਗਭਗਰ ਬਾਹਰ ਆ ਕੇ ਸ਼ਾਰਟ ਮਾਰਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਨਾਲ ਮੋਹਾਲੀ ਦੇ ਵਿੱਚ ਮਿੱਟੀ ਦੇ ਦੀਵੇ ਖਰੀਦੇ ਸੋ ਇਹ ਵੀ ਵੱਡੀ ਖਬਰ ਹੈ ਜਿੱਥੇ ਉਹਨਾਂ ਨੇ ਆਪਣੀ ਪਤਨੀ ਦੇ ਨਾਲ ਗੱਡੀ ਰੋਕ ਕੇ ਸੜਕ ਦੇ ਕਿਨਾਰੇ ਮਿੱਟੀ ਦੇ ਦੀਵੇ ਵੇਚਣ ਵਾਲੇ ਕਾਰੀਗਰਾਂ ਤੋਂ ਮਿੱਟੀ ਦੇ ਦੀਵੇ ਖਰੀਦੇ ਤੇ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ ਹੋਮਗਾਰਡ ਜਵਾਨਾਂ ਵੱਲੋਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ ਜੀ ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ਚੋਣਾਂ ਦੇ ਨਤੀਜਿਆਂ ਨੇ ਕੀਤਾ ਸਭ ਨੂੰ ਹੈਰਾਨ ਹੁਣ ਮਹਿਨ ਦੀ ਮੇਰ ਦੀ ਚੋਣ ਦਾ ਸੁਪਨਾ ਚੰਡੀਗੜ੍ਹ ਕਾਂਗਰਸ ਵੱਲੋਂ ਐਨਐਸਯੂਐ ਦੀ ਆਰਥਿਕ ਮਦਦ ਕੀਤੀ ਗਈ ਸੀ। ਈਡੀ ਵੱਲੋਂ ਗ੍ਰਿਫਤਾਰੀ ਦੀਆਂ ਅਟਕਲਾਂ ਨੂੰ ਸਾਬਕਾ ਕੈਬਨਿਟ ਮੰਤਰੀ ਤਰਮ ਸੂਤ ਨੇ ਸਿਰੇ ਤੋਂ ਨਕਾਰਿਆ। ਭਾਰਤ ਨੇ ਜੰਗ ਨੂੰ ਪਹਿਲਾਂ ਨਹੀਂ ਆਖਰੀ ਵਿਕਲਪ ਮੰਨਿਆ ਸੀ ਸ਼ਾਂਤੀ 'ਚ ਵਿਸ਼ਵਾਸ ਰੱਖਦੇ ਹਾਂ ਪੀਐਮ ਮੋਦੀ ਨੇ ਵੱਡਾ ਬਿਆਨ ਦਿੱਤਾ ਹੈ ਸੋ